ਐਸਐਸਐਫ ਸੜਕ ਸੁਰੱਖਿਆ ਫੋਰਸ ਦੀ ਟੀਮ ਦੀ ਤੈਨਾਤੀ ਕੀਤੀ ਗਈ ਹੈ। ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਭਰ ਦੇ ਵਿੱਚ ਕਿੰਨੀਆਂ ਕਿੰਨੀਆਂ ਜਿਹੜੀਆਂ ਅਲਾਟ ਹੋਈਆਂ ਨੇ ਤਾਂ ਕਿਸ ਤਰ੍ਹਾਂ ਸੇਵਾਵਾਂ ਇਹਨਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ? ਜੀ, ਇੱਕ ਵਧਾ ਜਿਹੜਾ ਇੱਕ ਚੰਗਾ ਉਪਰਾਲਾ ਹੈਗਾ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਜਿਹੜਾ ਲਿੱਤਾ ਗਿਆ ਸੜਕ ਸੁਰੱਖਿਆ ਫੋਰਸ ਦਾ, ਜਿਹਦੇ ਵਿੱਚ ਵਨ ਆਫ ਇਟਸ ਕਾਇੰਡ ਹੈਗਾ ਪੂਰੇ ਦੇਸ਼ 'ਚ, ਜਿਹਦੇ ਵਿੱਚ ਡੈਡੀਕੇਟਡਲੀ ਰੋਡ ਸੇਫਟੀ ਵਾਸਤੇ ਇੱਕ ਡੈਡੀਕੇਟਡ ਫੋਰਸ ਜਿਹੜੀ ਹੈਗੀ ਡਿਪਲੋਏ ਕੀਤੀ ਹੈਗੀ ਪੰਜਾਬ ਸਟੇਟ 'ਚ। ਅਤੇ ਇਸ ਸੰਬੰਧ ਵਿੱਚ ਆਪਣੇ ਕੋਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 6 ਸੜਕ ਸੁਰੱਖਿਆ ਫੋਰਸ ਦੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ, ਜਿਹੜੀ ਲਗਭਗ 30 ਤੋਂ 35 ਕਿਲੋਮੀਟਰ ਦੀ ਦੂਰੀ 'ਚ ਇੱਕ ਗੱਡੀ ਹਾਈਵੇਜ਼ 'ਤੇ, ਨੈਸ਼ਨਲ ਹਾਈਵੇਜ਼ 'ਤੇ ਅਤੇ ਸਟੇਟ ਹਾਈਵੇਜ਼ 'ਤੇ ਤੈਨਾਤ ਰਹਿਣਗੀਆਂ, ਜਿਹਦੇ ਵਿੱਚ ਇੱਕ ਗੱਡੀ 'ਚ 4 ਮੁਲਾਜ਼ਮ ਐਟ ਏ ਟਾਈਮ 3 ਸ਼ਿਫਟਾਂ 'ਚ ਤੈਨਾਤ ਹੈਗੇ। ਮਤਲਬ ਇੱਕ ਗਾਡੀ 'ਚ 12 ਮੁਲਾਜ਼ਮ ਪੂਰੇ ਦਿਨ ਔਰ ਰਾਤ ਦੀ ਡਿਊਟੀਆਂ 'ਚ ਤੈਨਾਤ ਹੈਗੇ। ਅਤੇ ਇਸ ਤਰੀਕੇ ਦੀ ਆਪਣੇ ਕੋਲ 6 ਟੀਮਾਂ ਤੈਨਾਤ ਹੈਗੀਆਂ। ਇਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਹੈਗਾ ਕਿ ਰੋਡ ਸੇਫਟੀ ਇਨਸ਼ੋਰ ਕਰਨਾ ਨੈਸ਼ਨਲ ਹਾਈਵੇਜ਼ 'ਤੇ, ਸਟੇਟ ਹਾਈਵੇਜ਼ 'ਤੇ। ਕੋਈ ਵੀ ਵਿਅਕਤੀ ਜਿਹੜਾ ਹੈਗਾ ਜਦੋਂ ਵੀ ਉਹਨੂੰ ਰੋਡਸ 'ਤੇ, ਸਟੇਟ ਹਾਈਵੇ 'ਤੇ, ਨੈਸ਼ਨਲ ਹਾਈਵੇ 'ਤੇ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਦੀ ਲੋੜ ਹੋਵੇ, ਉਹ ਇਮੀਡੀਏਟਲੀ 112 'ਤੇ ਕਾਲ ਕਰ ਸਕਦਾ ਹੈਗਾ। 112 ਜਿਹੜਾ ਹੈਗਾ ਉਹ ਪ੍ਰਾਇਮਰੀ ਕੰਟੈਕਟ ਨੰਬਰ ਹੈਗਾ ਹਰ ਬੰਦੇ ਵਾਸਤੇ। ਕੋਈ ਨੰਬਰ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਕਿਸੇ ਦਾ ਮੋਬਾਈਲ ਨੰਬਰ ਯਾਦ ਰੱਖਣ ਦੀ ਲੋੜ ਨਹੀਂ। ਤੁਸੀਂ ਕੇਵਲ 112 'ਤੇ ਕਾਲ ਕਰਨਾ ਅਤੇ ਆਪਣਾ ਇਸ਼ੂ ਦੱਸਣਾ ਹੈਗਾ, ਕਿੱਥੇ ਕੋਈ ਐਕਸੀਡੈਂਟ ਹੋ ਗਿਆ ਹੈਗਾ ਜਾਂ ਕਿਤੇ ਕੋਈ ਬਹੁਤ ਟ੍ਰੈਫਿਕ ਜੈਮ ਹੈਗਾ ਜਾਂ ਇਸ ਤਰੀਕੇ ਦਾ ਜਿਹੜਾ ਰੋਡ ਸੇਫਟੀ ਤੋਂ ਰਿਲੇਟਡ ਇਸ਼ੂ ਹੈਗਾ ਉਹਦੇ ਸੰਬੰਧ 'ਚ। ਅਤੇ ਇਮੀਡੀਏਟਲੀ ਸਾਡੀ ਟੀਮ ਜਿਹੜੀ ਹੈਗੀ ਉਹ ਆਪਣੀ ਮੋਬਾਈਲ ਲੋਕੇਸ਼ਨ ਦੇ ਹਿਸਾਬ ਨਾਲ, ਕਿਉਂਕਿ 30 ਕਿਲੋਮੀਟਰ ਦਾ ਇੱਕ ਸਟ੍ਰੈਚ ਪੂਰੀ ਇੱਕ ਟੀਮ ਕੋਲ ਹੈਗਾ, ਅਤੇ ਉਹ ਜਿੱਥੇ ਲੋਕੇਸ਼ਨ ਹੈਗੀ ਉਹ 2 ਮਿੰਟ ਦੇ ਰੈਸਪੋਂਸ ਟਾਈਮ ਤੋਂ ਲੈ ਕੇ 10 ਮਿੰਟ ਤੱਕ ਦੇ ਰੈਸਪੋਂਸ ਟਾਈਮ 'ਚ ਉੱਥੇ ਪਹੁੰਚੇਗੀ, ਕਿ ਡਿਪੈਂਡਿੰਗ ਔਨ ਦੀ ਸਿਚੁਏਸ਼ਨ ਕਿ ਵੀ ਕਿਹੜੀ ਟੀਮ ਨੇੜੇ ਹੈਗੀ। ਅਤੇ ਇਮੀਡੀਏਟਲੀ ਜਿਹੜਾ ਹੈਗਾ ਜੇਕਰ ਕੋਈ ਰੋਡ ਹਾਦਸਾ ਹੋ ਜਾਂਦਾ ਹੈਗਾ, ਐਕਸੀਡੈਂਟ ਹੋ ਜਾਂਦਾ ਹੈਗਾ, ਉਹਨੂੰ ਫਸਟ ਏਡ ਵੀ ਦਿੱਤਾ ਜਾਏਗਾ, ਮੈਡੀਕਲ ਹੈਲਪ ਦੇਣ ਦੇ ਨਾਲ ਉਹਨੂੰ ਰੈਸਕਿਊ ਵੀ ਕਰਵਾਇਆ ਜਾਏਗਾ, ਅਤੇ ਐਟ ਦੀ ਸੇਮ ਟਾਈਮ ਮੌਕੇ ਦਾ ਜਿਹੜਾ ਟ੍ਰੈਫਿਕ ਮੈਨੇਜਮੈਂਟ ਵੀ ਕੀਤਾ ਜਾਏਗਾ। ਅਤੇ ਸਾਡੀ ਟੀਮਸ ਨੂੰ ਬੜਾ ਡੈਡੀਕੇਟਡਲੀ ਟ੍ਰੇਨ ਕੀਤਾ ਗਿਆ ਹੈਗਾ ਜਹਾਨਖੇਲਾ ਵਿੱਚ, ਤੁਹਾਨੂੰ ਪਤਾ ਹੈਗਾ। ਅਤੇ ਇਹਦੇ ਸੁਪਰਵਿਜ਼ਨ ਵਾਸਤੇ ਜਿਹੜੇ ਹੈਗੇ ਵੱਖਰੇ ਵੱਖਰੇ ਆਫਿਸਰਸ ਵੀ ਲਾਏ ਗਏ ਹੈਗੇ, ਜਿਹਦੇ ਵਿੱਚ ਇੱਕ ਡੈਡੀਕੇਟਡ SSP ਰੈਂਕ ਦਾ ਅਫਸਰ ਪੂਰੇ ਸਟੇਟ ਲੈਵਲ 'ਤੇ ਲਾਇਆ ਗਿਆ ਹੈਗਾ। ਅਤੇ ਐਟ ਦੀ ਸੇਮ ਟਾਈਮ ਜ਼ਿਲ੍ਹੇ ਵੱਲੋਂ ਵੀ ਅਸੀਂ ਇੱਕ SP ਰੈਂਕ ਦਾ ਅਫਸਰ ਇਹਨਾਂ ਨੂੰ ਫੈਸਿਲੀਟੇਟ ਕਰਨ ਵਾਸਤੇ, ਕੋਆਰਡੀਨੇਟ ਕਰਨ ਵਾਸਤੇ ਅਤੇ ਮੋਨੀਟਰ ਕਰਨ ਵਾਸਤੇ ਲਾਇਆ ਹੈਗਾ। ਸਰ, ਇੱਕ 112 ਤੋਂ ਇਲਾਵਾ ਕੋਈ ਇਹਨਾਂ ਨੂੰ ਹੋਰ ਵੀ ਕੋਈ ਇਹਨਾਂ ਦੇ ਸਪੈਸ਼ਲ ਨੰਬਰ ਜਿਹੜੇ ਕੋਈ ਜਾਰੀ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ? ਨਹੀਂ, ਸਭ ਤੋਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪੂਰੇ ਦੇਸ਼ 'ਚ ਈਵਨ 112 ਜਿੱਦਾਂ ਆਪਾਂ ਬਾਹਰ ਵਿਦੇਸ਼ਾਂ 'ਚ ਹੁੰਦੇ ਹੈਗੇ ਕੇਵਲ ਇੱਕ ਪੁਲਿਸ ਦਾ ਨੰਬਰ ਹੁੰਦਾ ਹੈਗਾ, ਅਤੇ ਉਸੇ ਤਰੀਕੇ ਨਾਲ ਸਾਡਾ ਵੀ ਜਿਹੜਾ ਹੈਗਾ 112 ਨੰਬਰ ਹੈਗਾ। ਤੁਸੀਂ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਵਾਸਤੇ, ਚਾਹੇ ਉਹ ਸੜਕ ਸੁਰੱਖਿਆ ਫੋਰਸ ਦੇ ਸੰਬੰਧ ਵਿੱਚ ਹੋਏ ਜਾਂ ਕੋਈ ਹੋਰ ਪੁਲਿਸ ਹੈਲਪ ਵਿੱਚ ਹੋਏ, ਕਿਉਂਕਿ ਉਹਦੇ ਵਿੱਚ ਸਾਡਾ ਸਾਰਾ ਡੇਟਾਬੇਸ ਮੇਨਟੇਨ ਰਹਿੰਦਾ ਹੈਗਾ, ਸਾਰੀ ਕਾਲਸ ਰਿਕਾਰਡ ਰਹਿੰਦਾ ਹੈਗਾ। ਅਤੇ ਈਵਨ ਅਦਰਵਾਈਜ਼ ਕਿਉਂਕਿ ਤੁਸੀਂ ਕੋਈ ਪ੍ਰਾਈਵੇਟ ਨੰਬਰ 'ਤੇ ਫੋਨ ਕਰੋਗੇ, ਕੋਈ ਰੈਸਪੋਂਸ ਦੇਵੇ ਕੋਈ ਨਾ ਦੇਵੇ, ਇਸ ਕਰਕੇ ਇਮਰਜੈਂਸੀ ਨੰਬਰ 'ਚ ਕਈ ਵਾਰੀ ਇਸ ਤਰੀਕੇ ਦੀ ਚੀਜ਼ ਆ ਜਾਂਦੀ ਹੈਗੀ ਕਿ 112 ਬਿਜ਼ੀ ਹੁੰਦਾ ਹੈਗਾ, ਅਤੇ ਬਟ ਉਹ ਐਟ ਦੀ ਸੇਮ ਟਾਈਮ ਤੁਸੀਂ ਇੱਕ ਆਧੀ ਵਾਰ ਟਰਾਈ ਕਰਨ ਨਾਲ ਸਿੱਧਾ ਲੱਗ ਜਾਂਦਾ ਹੈਗਾ, ਨਹੀਂ ਤਾਂ ਫਿਰ ਦੂਸਰੀ ਵਾਰ ਟਰਾਈ ਕੀਤਾ। ਬਟ 112 ਇਜ਼ ਦੀ ਪ੍ਰਾਇਮਰੀ ਨੰਬਰ ਜਿਹੜਾ ਹੈਗਾ ਉਹ ਸਾਡਾ। ਉਸ ਤੋਂ ਇਲਾਵਾ ਜਿਹੜੇ ਹੈਗੇ ਲੋਕਲ ਨੰਬਰ 'ਤੇ ਕੰਟੈਕਟ ਕਰਨਾ ਹੋਵੇ ਤਾਂ ਸਾਡੇ ਕੰਟਰੋਲ ਰੂਮ ਦੇ ਨੰਬਰ 'ਤੇ ਕੰਟੈਕਟ ਕੀਤਾ ਜਾ ਸਕਦਾ। ਹਾਲ ਹੀ ਵਿੱਚ ਕੋਈ ਸਰ ਆਇਆ ਹੁਸ਼ਿਆਰਪੁਰ ਦੇ ਵਿੱਚ, ਮੈਨੂੰ ਲੱਗਦਾ ਇੱਕ ਹਫ਼ਤੇ ਦੇ ਕਰੀਬ ਦਾ ਸਮਾਂ ਹੋ ਗਿਆ, ਕੋਈ ਰਿਵਿਊ ਆਇਆ? ਹਾਂਜੀ, ਉਹ ਸਾਡੇ ਡੇ ਟੂ ਡੇ ਬੇਸਿਸ 'ਤੇ ਚੱਲਦੇ ਰਹਿੰਦੇ ਹੈਗੇ, ਜਿਹੜੇ ਟ੍ਰੈਫਿਕ ਮਤਲਬ ਆਪਣਾ ਜਿਹੜਾ ਰੋਡ ਸੇਫਟੀ ਵਾਸਤੇ ਕਿੱਥੇ ਐਕਸੀਡੈਂਟ ਹੁੰਦਾ ਆ ਔਰ ਹੁੰਦਾ, ਉਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰ ਸਕਦੇ ਹੈਗੇ, ਕਿਉਂਕਿ ਇਹਦੀ ਸਾਰੀ ਡਿਟੇਲਸ ਵਗੈਰਾ ਸੈਂਟਰਲੀ ਸ਼ੇਅਰ ਕਰਦੇ ਹੈਗੇ, ਬਟ ਅਸੀਂ ਵੀ ਜ਼ਿਲ੍ਹਾ ਲੈਵਲ ਦੀ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ, ਕੋਈ ਇਸ਼ੂ ਨਹੀਂ। ਸਰ, ਸਿਰਫ ਰੋਡ ਐਕਸੀਡੈਂਟ ਲਈ ਸੇਵਾਵਾਂ ਪ੍ਰਦਾਨ ਹੋਣਗੀਆਂ ਜਾਂ ਕੋਈ ਰਾਤ ਰਾਤੇ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਹੈ, ਕਿਸੇ ਨੂੰ ਕੋਈ ਨੀਡ ਹੋਵੇ, ਹੈਲਪ ਹੋਵੇ, ਜਾਂ ਉਹਨਾਂ ਤੱਕ ਵੀ ਪਹੁੰਚ ਕਰਦੇ? ਦੇਖੋ, ਜੇਕਰ ਅਸੀਂ ਵਰਦੀ ਪਾ ਲਈ ਤੇ ਸਾਨੂੰ ਜੋ ਪੁਕਾਰੇਗਾ ਅਸੀਂ ਪਹੁੰਚਣਾ, ਅਸੀਂ ਜੋ ਵੀ ਮਦਦ ਕਰ ਸਕਦੇ ਹੈਗੇ ਉਹਦੀ ਉਹ ਕਰਨੀ। ਇੱਦਾਂ ਨਹੀਂ ਕਿ ਅਸੀਂ ਕੋਈ ਬੰਦਾ ਕਹਿ ਦੇ ਕਿ ਜੀ ਸਾਡਾ ਟਾਇਰ ਬਦਲਾ ਦਿਓ, ਬਟ ਉਹਦਾ ਜੋ ਵੀ ਪ੍ਰਾਇਮਰੀਲੀ, ਕਿਉਂਕਿ ਦੇਖੋ ਰੋਡ 'ਤੇ ਤੁਹਾਡੀ ਗੱਲ ਸਹੀ ਹੈਗੀ, ਕਿਸੇ ਦੀ ਗੱਡੀ ਖਰਾਬ ਹੋ ਜਾਂਦੀ, ਫੈਮਿਲੀ ਇਕੱਲੀ ਹੈਗੀ, ਉਹਨਾਂ ਨੂੰ ਸੇਫਟੀ ਦਾ ਅਹਿਸਾਸ ਚਾਹੀਦਾ, ਅਤੇ ਸਾਡੀ ਗੱਡੀ ਪਹੁੰਚੇਗੀ
ਉਹ ਜੇਕਰ ਲੋਡ ਹੋਈ ਜਾਂ ਇਸ ਤਰੀਕੇ ਦੇ ਕੋਈ ਬਜ਼ੁਰਗ ਹੋਏ ਜਾਂ ਫੈਮਿਲੀ ਹੋਈ ਤਾਂ ਟਾਇਰ ਬਦਲਾਉਣ 'ਚ ਵੀ ਸਾਨੂੰ ਕੋਈ ਹਰਜ ਨਹੀਂ ਹੈਗਾ। ਐਜ ਇਨ ਹਿਊਮਨ ਆਪਾਂ ਵੀ ਕਰਦੇ ਹੈਗੇ, ਪੁਲਿਸ ਦੀ ਤਾਂ ਗੱਲ ਬਹੁਤ ਦੂਰ ਦੀ ਗੱਲ ਹੈਗੀ, ਮਤਲਬ ਬੰਦਾ ਹੀ ਕਰਦਾ ਹੈਗਾ ਅਤੇ ਪੁਲਿਸ ਨੇ ਤਾਂ ਕਰਨਾ ਹੀ ਕਰਨਾ, ਅਤੇ ਅਸੀਂ ਤਾਂ ਹਿਊਮਨਿਟੀ ਦੀ ਸੇਵਾ ਵਾਸਤੇ ਹੈਗੇ, ਲੋਕਾਂ ਦੀ ਸੇਵਾ ਵਾਸਤੇ, ਅਤੇ ਅਸੀਂ ਡੈਫੀਨੇਟਲੀ ਜਿਹੜਾ ਹੈਗਾ ਜਦੋਂ ਸਾਨੂੰ ਕੋਈ ਵੀ ਪੁਕਾਰੇਗਾ ਕਿੱਥੇ ਵੀ ਤਾਂ ਅਸੀਂ ਪਹੁੰਚਾਂਗੇ ਅਤੇ ਜੋ ਵੀ ਫੈਸਿਲਿਟੀ ਕਰ ਸਕਦੇ ਹਾਂ ਅਸੀਂ ਕਰਾਂਗੇ। ਜੇਕਰ ਸਾਡੇ ਤੋਂ ਇਲਾਵਾ ਕੋਈ ਮੈਡੀਕਲ ਹੈਲਪ ਚਾਹੀਦੀ, ਕੋਈ ਹੋਰ ਚਾਹੀਦੀ ਤਾਂ ਕੰਸਰਨ ਨੂੰ ਬੁਲਾ ਕੇ ਫੈਸਿਲਿਟੇਟ ਕਰਾਵਾਂਗੇ, ਤੁਸੀਂ ਬੁਲਾਓ ਅਸੀਂ ਆਵਾਂਗੇ। ਹੈ ਨਾ ਜੀ, ਥੈਂਕ ਯੂ।